ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰਹੱਸਮਈ ਘਟਨਾ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਹ ਘਟਨਾਵਾਂ ਕੋਈ ਰਚਿਤ ਨਹੀਂ ਹਨ, ਸਗੋਂ ਇਹ ਉਹ ਘਟਨਾਵਾਂ ਹਨ ਜੋ ਅਸਲ ਜ਼ਿੰਦਗੀ ਵਿੱਚ ਵਾਪਰੀਆਂ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਹੈ ਇੱਕ ਜਹਾਜ਼ ਦੀ। ਅਸੀਂ ਬਹੁਤ ਜਹਾਜ਼ ਗੁੰਮ ਹੋਣ ਦੀਆਂ ਖਬਰਾਂ ਸੁਣਦੇ ਹਾਂ, ਪਰ ਅੱਜ ਅਸੀਂ ਤੁਹਾਨੂੰ ਐਸੇ ਜਹਾਜ਼ ਦੀ ਗੱਲ ਦੱਸਾਂਗੇ ਜੋ 35 ਸਾਲ ਬਾਅਦ ਵਾਪਸ ਪਰਤਿਆ। 4 ਸਤੰਬਰ 1954 EWA 513 ਜਰਮਨੀ ਦੇ ਹਵਾਈ ਅੱਡੇ ਤੋਂ ਬ੍ਰਾਜ਼ੀਲ ਲਈ ਰਵਾਨਾ ਹੋਇਆ, ਜੋ ਕਿ 18 ਘੰਟੇ ਦੀ ਫਲਾਈਟ ਸੀ। ਪਰ ਹਵਾ ਵਿੱਚ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੂੰ ਆਸ ਨਹੀਂ ਸੀ। ਮਤਲਬ ਕੰਟਰੋਲ ਸਟੇਸ਼ਨ ਦਾ ਸੰਪਰਕ ਇਸ ਜਹਾਜ਼ ਤੋਂ ਟੁੱਟ ਗਿਆ ਤੇ ਉਹ ਜਹਾਜ਼ ਕਿਸੇ ਨੂੰ ਨਹੀਂ ਮਿਲਿਆ, ਜਿਸ ਕਾਰਨ ਲੋਕੀ ਮੰਨਣ ਲੱਗ ਗਏ ਕਿ ਜਹਾਜ਼ ਨੂੰ ਆਸਮਾਨ ਖਾ ਗਿਆ, ਜਿਸ ਕਰਕੇ ਉਸ ਵਿੱਚ ਸਵਾਰ ਯਾਤਰੀ ਵੀ ਵਾਪਸ ਨਹੀਂ ਪਰਤੇ। ਇਸ ਘਟਨਾ ਤੋਂ ਕੁਝ ਮਹੀਨੇ ਬਾਅਦ ਸੈਂਟੀਗੋ ਏਅਰਲਾਈਨਸ ਹਮੇਸ਼ਾ ਦੇ ਲਈ ਬੰਦ ਹੋ ਗਈ। ਅਚਾਨਕ ਇਸ ਘਟਨਾ ਤੋਂ 35 ਸਾਲ ਬਾਅਦ 12 ਅਕਤੂਬਰ ਨੂੰ ਪੋਰਟੋ ਐਲਾਗਰੇ ਦੇ ਏਅਰਪੋਰਟ ਤੇ ਇੱਕ ਜਹਾਜ਼ ਦੇਖਿਆ ਗਿਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ, ਕਿਉਂਕਿ ਇਹ ਉਹੀ ਫਲਾਈਟ ਸੀ ਜੋ 35 ਸਾਲ ਪਹਿਲਾਂ ਗੁੰਮ ਹੋ ਗਈ ਸੀ। ਜਦੋਂ ਉੱਥੇ ਦੇ ਕਰਮਚਾਰੀਆਂ ਵੱਲੋਂ ਫਲਾਈਟ ਦੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਸਾਰੇ ਹੈਰਾਨ ਹੋ ਗਏ। ਉਹਨਾਂ ਦੇਖਿਆ ਕਿ ਉੱਥੇ ਕੋਈ ਇਨਸਾਨ ਨਹੀਂ ਹੈ ਬਲਕਿ ਕੰਕਾਲ ਸੀ। ਜਦੋਂ ਪਾਇਲਟ ਦੇ ਕਮਰੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਉੱਥੇ ਵੀ ਇਹੀ ਪਾਇਆ ਗਿਆ ਕਿ ਪਾਇਲਟ ਵੀ ਕੰਕਾਲ ਬਣਿਆ ਹੋਇਆ ਸੀ ਅਤੇ ਉਸ ਦੇ ਹੱਥ ਕੰਟਰੋਲ ਤੇ ਸਨ। ਜਦੋਂ ਇਸ ਮਾਮਲੇ ਦੀ ਛਾਣਬੀਨ ਕੀਤੀ ਗਈ ਤਾਂ ਉਹਨਾਂ ਹੱਥ ਕੁਝ ਨਾ ਲੱਗਾ ਤੇ ਇਹ ਇੱਕ ਰਹੱਸ ਬਣ ਕੇ ਰਹਿ ਗਿਆ ਕਿ ਇਹ ਜਹਾਜ਼ ਗੁੰਮ ਕਿਵੇਂ ਹੋਇਆ ਤੇ ਇਹ ਵਾਪਸ ਕਿੱਦਾਂ ਆਇਆ ਤੇ ਯਾਤਰੀਆਂ ਨਾਲ ਕੀ ਹੋਇਆ। ਬਿਊਰੋ ਰਿਪੋਰਟ, ਸਾਂਝ ਟੀਵੀ।